स्वागत है किसान वीरो तुहाडा यूट्यूब चैनल सहितक डेयरी फार्मिंग दे विच। किसान वीरो अज जिहड़ी वीडियो बना रहे हैं पिंड कोठे फुम्मन सिंह वाले ते ये अबलू कोटली दे दोस्तों कोठे है। कोटली पिंड तो जिहड़ी सड़क धूड़कोट नूं आउंदी है उस रोड दे उत्ते है, जिला इहनूं श्री मुक्तसर साहब पैंदा। इन्हां कोठियां चो भी तीजी वीडियो मेरे ख्याल च होगी, तीजी जां चौथी जिहड़ी मैं अपलोड करन लगा। घरेलू पशु दोस्तों घर दे विच रखे हुए है, पशु तुसी देख सकते हो सारे जिहड़े घरे वीर ने रखे है। इन्हां दे विचों अज इक तां इह मझ बाई ने विकाऊ करती, बहुत पसंद आने वाली मझ थोड़े थण हवाने वाले पक्ष तो ढांचे वाले पक्ष तो, ते दूजी एक झोटी बाई कोल चंगी संभी भी झोटी है गभण होण दे नेड़ आ, इह वी बाई ने विकाऊ कीती है। डिटेल इन्हां बारे आपां दोस्तों बाई तो पुछांगे, वीडियो एंड तक देखो ते जिन्हां नूं इन्हां चों कोई नग पसंद आ जूगा आपदी तसली करके तुसी खरीद सकदे हो। सो आओ वीर नाल गलबात करदे हां ते इन्हां दी डिटेल पुछदे हां। बाई सत श्री अकाल, नाम दसो अपना की? परमजीत सिंह। परमजीत भाई वैसे फिर घरे पशु पुराने ही रखदे हो? हां जी हां, ठीक है। ये मझ जिहड़ी अज विकाऊ कीती है किन महसूस हुंदी है? तीजा सूए। तीजा दूजे सूए दुध किन्ना चोया बाई? 16 किलो दुध दित्ता दूजे सूए च। ਹੁਣ ਕਿੰਨੇ ਕੁ ਦਿਨ ਲੈਂਦੀ ਹੈ ਬਾਈ? ਮੈਂ ਤਿਆਰ ਹੀ ਆ ਜੀ, ਇੱਕ ਦਿਨ ਲਓ। ਇੱਕ ਦਾ ਦਿਨ ਹੀ ਲਊ ਤੇ ਰੇਟ ਕੀ ਸੋਚਿਆ? ਰੇਟ ਇਹਦਾ 95। ਖੋਲੀ ਬਾਈ ਇਹਨੂੰ ਦੋਸਤੋ, ਡਿਮਾਂਡ 95,000 ਹੈ। ਠੰਡੀ ਸੀਲ ਰਹੂਗੀ ਮਾਰੀ ਜਿੱਥੋਂ ਤੱਕ ਇਹਦਾ ਲੱਗਦਾ ਹੈ, ਚੇਨ ਚੱਕਰ ਹੈ। ਤੀਜਾ ਸੂਆ ਬਾਈ ਦੱਸਦਾ ਵੀ ਇਹਨੇ ਸੂਣਾ, ਸਿੰਘ ਲਗਭਗ ਘਸਾਈ ਬੈਠੀ ਹੈ ਉਤਲੇ ਪਾਸੇ ਤੋਂ। ਮੇਨ ਹਮੇਸ਼ਾ ਗੱਲ ਕਰੀ ਦੀ ਹੈ ਵੀ ਪਸ਼ੂ ਦੁੱਧ ਵਾਲੇ ਦਾ ਪਤਾ ਲੱਗਣਾ ਹੁੰਦਾ ਉਹਦੇ ਥਣ ਹਵਾਨੇ ਤੋਂ। ਇਹੋ ਜਿਹਾ ਹਵਾਨਾ ਇੱਦਾਂ ਦੇ ਥਣ ਦੋਸਤੋ ਬਹੁਤ ਘੱਟ ਮਿਲਣਗੇ, ਕਿਉਂਕਿ ਚੰਗੇ ਦੁੱਧ ਵਾਲੀਆਂ ਮੱਝਾਂ ਹੀ ਘੱਟ ਹੈ ਅਤੇ ਉਹਨਾਂ ਦੇ ਥਣ ਹਵਾਨਾ ਇੱਦਾਂ ਦਾ ਘੱਟ ਹੀ ਮਿਲਣਾ। ਵਿੱਥੀ ਦੇਖੋ ਥਣਾਂ ਦੇ ਵਿੱਚ ਜਮ੍ਹਾਂ ਸਰਸਵਤੀ ਮੱਝ ਵਾਂਗੂ ਦੋਸਤੋ ਜਮ੍ਹਾਂ ਕੰਨੀਆਂ ਦੇ ਉੱਤੇ ਲੱਗੇ ਹੋਏ ਆ। ਕਮਾਲੀ ਬਾਈ, ਹਾਲਾਂਕਿ ਇਹਦਾ ਰੇਟ 95,000 ਹੈ ਅਤੇ ਉਹਦਾ ਰੇਟ ਤੁਸੀਂ ਸਾਰੇ ਵੀਰ ਜਾਣਦੇ ਹੋ। ਹਵਾਨਾ ਜੇ ਦੇਖਦੇ ਹਾਂ ਤਾਂ ਬਹੁਤ ਸੋਹਣਾ ਢਾਂਚਾ ਦੇਖੋ, ਭਾਰੀ ਮੱਝ ਹੈ, ਅੱਗੋਂ ਪਿੱਛੋਂ ਥਣਾਂ ਦੇ ਵਿੱਚ ਵਿੱਥੀ ਚੰਗੀ, ਥਣ ਦਾ ਸਾਇਜ ਦੇਖਣ ਵਾਲਾ ਹੈ, ਪੂਛ ਜ਼ਿਆਦਾ ਚਿੱਟੀ ਹੈ, ਗ੍ਰੇਡਡ ਮੱਝ ਇਹਨੂੰ ਤੁਸੀਂ ਮੰਨ ਸਕਦੇ ਹੋ। ਜੋ ਢਾਂਚਾ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਵੀਡੀਓ ਦੇ ਵਿੱਚ। ਸਾਈਡ ਉੱਤੋਂ ਤੁਹਾਨੂੰ ਇਹਦੇ ਥਣ ਦਿਖਾਊਂਗਾ, ਅਗਲੇ ਥਣ ਵੀ ਬਹੁਤ ਸੋਹਣੇ ਆ। ਜਦੋਂ ਇਹ ਰੁਕਦੀ ਹੈ, ਡਿਮਾਂਡ ਇਹਦੀ 95,000 ਬਾਈ ਨੇ ਕੀਤੀ ਹੈ, ਕੁਛ ਥੋੜ੍ਹਾ ਬਹੁਤ ਇਹਦੇ 'ਚੋਂ ਫਰਕ ਪੈ ਜਾਂਦਾ, ਹਾਲਾਂਕਿ ਕਿਉਂਕਿ ਮੰਦੇ ਦਾ ਟਾਈਮ ਹੈ ਅਤੇ ਇਹ ਚੰਗਾ ਮੱਝਾਂ ਦੇ ਰੇਟ ਹੁਣ ਤਾਂ ਹੀ ਇੱਦਾਂ ਦੇ ਆਉਣੇ ਸ਼ੁਰੂ ਹੋਏ ਆ। ਅਗਲਾ ਥਣ ਵੀ ਦੋਸਤੋ ਦੇਖ ਸਕਦੇ ਹੋ, ਹਵਾਨੇ ਅਤੇ ਨਾੜਾਂ ਦੇਖ ਲਓ ਚੰਗੀਆਂ। ਦੂਜੇ ਪਾਸੇ ਜਦੋਂ ਜਾਊਂਗਾ ਤਾਂ ਉੱਧਰਲੇ ਪਾਸਿਓਂ ਵੀ ਤੁਹਾਨੂੰ ਇਹਦੇ ਅਗਲੇ ਥਣ ਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਤਾਂ ਕਿ ਤੁਹਾਨੂੰ ਸਹੀ ਜਿਹੜੀ ਉਹ ਜੱਜਮੈਂਟ ਹੋ ਜੇ ਹਵਾਨੇ ਬਾਰੇ। ਇੱਧਰੋਂ ਵੀ ਅਗਲਾ ਥਣ ਦੇਖਣ ਵਾਲਾ ਦੋਸਤੋ, ਹਵਾਨੇ ਦੇ ਉੱਤੇ ਨਾੜਾਂ ਵੀ ਬਹੁਤ ਸੋਹਣੀਆਂ ਅਤੇ ਥਣ ਹਵਾਨੇ ਦੇ ਵਿੱਚ ਕੋਈ ਕਮੀ ਨਹੀਂ ਦਿਸਦੀ। ਮੱਥੇ ਦੇ ਵਿੱਚ ਬਲ ਹੈਗਾ ਨਾਲ, ਇੱਕ ਝੋਟੀ ਹੈ ਬਾਈ ਕੋਲ, ਇਹਦੇ ਬਾਰੇ ਵੀ ਪੁੱਛਦੇ ਹਾਂ। ਝੋਟੀ ਦੀ ਉਮਰ ਕਿੰਨੀ ਕੁ ਹੈ ਬਾਈ? ਦੰਦੋ ਕਿਵੇਂ ਹੈ? ਦੋ ਦੰਦ ਚੱਕੇ ਜੀ। ਦੋ ਦੰਦ ਚੱਕੇ ਆ, ਗੱਬਰ ਨਹੀਂ ਹੋਈ ਹਜੇ? ਨਹੀਂ ਜੀ। ਹੀਟ ਚ ਆਈ ਜਾਂ ਆਈ ਨਹੀਂ? ਹੀਟ ਚ ਆਈ, ਮਾੜੀ ਮੋਟੀ ਆਈ ਹੈ ਜੀ। ਟੀਕਾ ਟੂਕਾ ਕੁਛ ਨਹੀਂ ਭਰਾਇਆ? ਨਹੀਂ, ਦਵਾਈ ਭਰਾਤੀ। ਦਵਾਈ ਭਰਾਤੀ, ਠੀਕ ਹੈ। ਅੱਛਾ ਰੇਟ ਕੀ ਸੋਚਿਆ ਇਹਦਾ? ਰੇਟ 42,000। 42,000 ਖੋਲੇ ਉਹਨੂੰ ਮੇਰੇ, ਚੰਗੀ ਸੰਭੀ ਵੀ ਆ ਦੋਸਤੋ ਅਤੇ ਮੇਰੇ ਖਿਆਲ 'ਚ ਸਾਉਣ ਭਾਦੋਂ ਚੱਲੀ ਜਾਂਦਾ। ਗ੍ਰੇਡਡ ਝੋਟੀ ਹੈ ਪਰ ਨੀਲੀ ਵਾਲਾ ਪੱਖ ਜ਼ਿਆਦਾ ਹੈ। ਥਣ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰੂੰਗਾ ਜਦੋਂ ਬਾਈ ਖੋਲ ਲੂਗਾ ਉਦੋਂ ਬਾਅਦ ਨੇੜਿਓਂ ਦਿਖਾਉਣ ਦੀ। ਥਣ ਸੋਹਣੇ ਆ, ਚਾਰ ਅਤੇ ਇੱਕ ਸ਼ਾਖ ਕਬਹਿਣੀ ਵਾਲੇ ਪਾਸੇ ਛੋਟੀ ਜੀ ਹੈਗੀ ਹੈ, ਉਹ ਦੂਜਿਆਂ ਨਾਲੋਂ ਬਹੁਤ ਛੋਟੀ ਹੈ, ਵੱਡਾ ਨਹੀਂ ਗਾਰਾਂ ਉਹਦਾ ਸਾਈਜ਼ ਜਿਹੜਾ ਹੈਗਾ। ਬਹੁਤ ਸੋਹਣੇ ਪੈਠਪੁੜੇ ਦੀ ਝੋਟੀ, ਥਣ ਵੀ ਚੰਗੇ ਰੱਖੂਗੀ, ਪੈਠਪੁੜੇ ਦੀ ਵੀ ਬਹੁਤ ਸੋਹਣੀ ਹੈ। ਇੱਕ ਪਾਸੇ ਚਟਾਕ ਜੇ ਜਿਹੜੇ ਦੱਸਦੇ ਆ, ਬਾਈ ਦੱਸਦਾ ਸੀ ਜੋ ਪਹਿਲਾਂ ਆ ਕੇ ਪੁੱਛਿਆ ਵੀ ਉਹ ਕੰਧ ਦੇ ਨਾਲ ਖਹਿ ਕੇ ਇਹਨੇ ਆਪਦੀ ਜਿਹੜੀ ਚਮੜੀ ਉਹ ਪੱਟ ਲਈ ਸੀ ਕਿਸੇ ਗੱਲੋਂ, ਕਈ ਵਾਰ ਹੋ ਜਾਂਦਾ ਇੱਦਾਂ। ਬਾ ਮੋੜ ਲਾ ਬਾਈ, ਵੈਸੇ ਰੰਗ ਦੋਸਤੋ ਕਾਲਾ ਹੈ, ਇਸ ਸਾਈਡ ਤੋਂ ਤੁਸੀਂ ਇਹ ਦੇਖ ਸਕਦੇ ਹੋ, ਤੁਹਾਨੂੰ ਇੱਕ ਦੋ ਚਟਾਕ ਜੇ ਦਿਸਣਗੇ, ਇੱਧਰਲੇ ਪਾਸੇ ਕੋਈ ਇਹਦੇ ਚਟਾਕ ਨਹੀਂ ਹੈਗਾ। ਸੋ ਚੰਗੇ ਕੱਦ ਕਾਠ ਦੀ ਸੋਹਣੀ ਬਣਤਰ ਵਾਲੀ ਝੋਟੀ, ਰੇਟ 42,000, ਥੋੜ੍ਹਾ ਬਹੁਤ ਫਰਕ ਪਊਗਾ ਇਹਦੇ ਵਿੱਚੋਂ ਵੀ। ਸੋ ਜਿਹੜਾ ਪਸ਼ੂ ਇਹਨਾਂ 'ਚੋਂ ਤੁਹਾਡੇ ਪਸੰਦ ਆਵੇ ਆਪਦੀ ਤਸੱਲੀ ਨਾਲ ਤੁਸੀਂ ਖਰੀਦ ਸਕਦੇ ਹੋ। ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਉੱਤੇ ਜਿਹੜਾ ਉਹ ਲਗਾਤਾਰ ਚੱਲ ਰਿਹਾ। ਸੋਹਣੇ ਢਾਂਚੇ ਦੀ ਝੋਟੀ ਅਤੇ ਸੋਹਣੇ ਥਣ ਹਵਾਨੇ ਦੀ ਮੱਝ ਹੈ। ਧੰਨਵਾਦ ਵੀਡੀਓ ਦੇਖਣ ਲਈ।